ਦੇਰ ਤੋਂ ਪ੍ਰੋਬਲਮ ਸੀ, ਪੈਂਕਰੀਆਸ ਦੀ ਪ੍ਰੋਬਲਮ ਸੀ ਔਰ CBD ਦੇ ਵਿੱਚ ਸਟੈਂਟਿੰਗ ਹੋਈ ਸੀ ਮੇਰੀ। 1 ਸਾਲ ਪਹਿਲਾਂ ਪਤਾ ਲੱਗਾ ਕਿ ਸਟੈਂਟਿੰਗ ਜਦੋਂ ਮੈਂ ਕਰਵਾਈ, ਮੇਰੇ ਗੋਲ ਬਲੈਡਰ ਦੇ ਵਿੱਚ ਸਟੋਨ ਔਰ ਕੋਈ ਸਲੱਜ ਵੀ ਹੈਗੀ ਸੀ। ਕੇਸ ਡਾਕਟਰ ਜਸਮੀਤ ਆਹਲੂਵਾਲੀਆ ਦੇ PRO ਨੇ, ਮੈਡਮ ਨੀਲੂ, ਉਹ ਮੇਰੇ ਸੰਪਰਕ ਵਿੱਚ ਆਏ। ਉਹਨਾਂ ਨੇ ਮੈਨੂੰ ਦੱਸਿਆ ਕਿ ਡਾਕਟਰ ਸਾਹਿਬ ਕਾਫੀ ਸਿਆਣੇ ਨੇ, ਅਤੇ ਡਾਕਟਰ ਸਾਹਿਬ ਨਾਲ ਡਿਸਕਸ਼ਨ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਤੁਸੀਂ ਲੈਪਰੋ ਦੀ ਬਜਾਏ ਕੇਸ ਕੰਪਲੀਕੇਟਡ ਆ, ਮਿੰਨੀ ਲੈਪਰੋ ਵੱਲ ਚਲੇ ਜਾਓ। ਕਿਉਂ ਸਿਰਫ ਇੱਕ ਦਿਨ ਦਾ ਪ੍ਰੋਸੈਸ ਸੀ, ਇੱਕ ਦਿਨ ਮੈਂ ਹੋਸਪਿਟਲ ਰਿਹਾ ਔਰ ਅਗਲੇ ਦਿਨ ਮੈਂ ਸਗੋਂ ਰਿਲੈਕਸ ਹੋਣ ਲਈ ਪਹਾੜਾਂ ਦੇ ਵਿੱਚ ਚਲਾ ਗਿਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵਰਿੰਦਰਪਾਲ ਸਿੰਘ ਹੈ। ਮੈਂ ਖੁਦ ਇੱਕ ਫਿਜੀਸ਼ੀਅਨ ਹਾਂ ਔਰ ਮੈਂ ਗੁਰਦਾਸਪੁਰ ਤੋਂ ਬਿਲੋਂਗ ਕਰਦਾ। ਗੁਰਦਾਸਪੁਰ ਦੇ ਲਾਗੇ ਕਸਬਾ ਭੈਣੀ ਮੀਆਂ ਖਾਂ, ਮੇਰਾ ਖੁਦ ਦਾ ਆਪਣਾ ਹੋਸਪਿਟਲ ਆ। ਮੈਨੂੰ ਕਾਫੀ ਦੇਰ ਤੋਂ ਪ੍ਰੋਬਲਮ ਸੀ, ਪੈਂਕਰੀਆਸ ਦੀ ਪ੍ਰੋਬਲਮ ਸੀ ਔਰ CBD ਦੇ ਵਿੱਚ ਸਟੈਂਟਿੰਗ ਹੋਈ ਸੀ ਮੇਰੀ। 1 ਸਾਲ ਪਹਿਲਾਂ ਪਤਾ ਲੱਗਾ ਕਿ ਸਟੈਂਟਿੰਗ ਜਦੋਂ ਮੈਂ ਕਰਵਾਈ, ਮੇਰੇ ਗੋਲ ਬਲੈਡਰ ਦੇ ਵਿੱਚ ਸਟੋਨ ਔਰ ਕੋਈ ਸਲੱਜ ਵੀ ਹੈਗੀ ਸੀ। ਕਿ ਡਾਕਟਰ ਜਸਮੀਤ ਆਹਲੂਵਾਲੀਆ ਦੇ PRO ਨੇ, ਮੈਡਮ ਨੀਲੂ, ਉਹ ਮੇਰੇ ਸੰਪਰਕ ਵਿੱਚ ਆਏ। ਉਹਨਾਂ ਨੇ ਮੈਨੂੰ ਦੱਸਿਆ ਕਿ ਡਾਕਟਰ ਸਾਹਿਬ ਕਾਫੀ ਸਿਆਣੇ ਨੇ ਔਰ ਸਰਜਰੀ ਦੇ ਮਾਹਰ ਨੇ, ਖਾਸ ਕਰਕੇ ਲੈਪਰੋਸਕੋਪੀ ਸਰਜਰੀ ਦੇ ਮਾਹਰ ਨੇ। ਅਤੇ ਮੈਂ ਡਿਸਾਈਡ ਕੀਤਾ ਕਿ ਡਾਕਟਰ ਸਾਹਿਬ ਨੂੰ ਮਿਲਾਂ। ਇਸ ਤੋਂ ਇਲਾਵਾ ਮੈਂ 2 ਡਾਕਟਰ ਦੀ ਹੋਰ ਵੀ ਰਾਏ ਲਈ ਸੀ। ਕੇਸ ਕੰਪਲੀਕੇਟਡ ਹੋਣ ਕਰਕੇ ਸਾਰੇ ਪੈਸੇ ਕੁਛ ਜ਼ਿਆਦਾ ਦੱਸ ਰਹੇ ਸੀ। ਫਿਰ ਇਹਨਾਂ ਦੇ ਸੰਪਰਕ ਵਿੱਚ ਆਇਆ, ਰੇਟ ਵੀ ਇਹਨਾਂ ਦੇ ਵਾਜਿਬ ਸੀ। ਹੋਸਪਿਟਲ ਆ ਕੇ ਵਿਜ਼ਿਟ ਕੀਤਾ, ਸਾਫ਼ ਸੁਥਰਾ ਹੋਸਪਿਟਲ, ਨਵਾਂ ਹੋਸਪਿਟਲ ਬਣਿਆ ਹੈ, ਰੂਮ ਪ੍ਰਾਈਵੇਟ ਰੂਮ ਬਹੁਁਤ ਵਧੀਆ ਨੇ, ਸਟਾਫ ਕੋਆਪਰੇਟਿਵ ਸੀ। ਫਿਰ ਡਾਕਟਰ ਸਾਹਿਬ ਨਾਲ ਡਿਸਕਸ਼ਨ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਤੁਸੀਂ ਲੈਪਰੋ ਦੀ ਬਜਾਏ ਕੇਸ ਕੰਪਲੀਕੇਟਡ ਆ, ਮਿੰਨੀ ਲੈਪਰੋ ਵੱਲ ਚਲੇ ਜਾਓ, ਕਿਉਂਕਿ ਤੁਸੀਂ ਆਪ ਪੇਸ਼ੇਵਰ ਹੋ, ਤੁਸੀਂ ਜਾ ਕੇ ਹੋਸਪਿਟਲ ਵੀ ਦੇਖਣਾ ਹੈ, ਟਾਈਮ ਘੱਟ ਕੰਜ਼ਿਊਮ ਤੁਹਾਡਾ ਹੋਏਗਾ। ਸਿਰਫ ਇੱਕ ਦਿਨ ਦਾ ਪ੍ਰੋਸੈਸ ਸੀ, ਇੱਕ ਦਿਨ ਮੈਂ ਹੋਸਪਿਟਲ ਰਿਹਾ ਔਰ ਅਗਲੇ ਦਿਨ ਮੈਂ ਸਗੋਂ ਰਿਲੈਕਸ ਹੋਣ ਲਈ ਪਹਾੜਾਂ ਦੇ ਵਿੱਚ ਚਲਾ ਗਿਆ। ਮਨਾਲੀ 4-5 ਦਿਨ ਰੈਸਟ ਕਰਕੇ ਹੁਣ ਮੈਂ ਇੱਥੇ ਆਇਆ ਹਾਂ। ਸਟਿਚ ਇਹਦੇ ਵਿੱਚ ਕੋਈ ਨਹੀਂ ਸੀ ਹੈਗਾ, ਅੱਜ ਡਰੈਸਿੰਗ ਰਿਮੂਵ ਹੋ ਗਿਆ, ਮੈਂ ਨਹਾ ਸਕਦਾ ਹਾਂ। ਖਾ ਤਾਂ ਅਗਲੇ ਦਿਨ ਤੋਂ ਸਕਦਾ ਸੀ, ਖਾ ਪੀ ਸਕਦਾ, ਨੋਰਮਲ ਰੂਟੀਨ ਰਹੀ ਮੇਰੀ, ਕੋਈ ਦਿੱਕਤ ਨਹੀਂ ਇਹਦੇ ਵਿੱਚ ਆਈ। ਦੇਖੋ, ਗੋਲ ਬਲੈਡਰ ਦੀ ਸਰਜਰੀ ਤੁਹਾਡੇ ਕੋਲ ਕਾਫੀ ਆਪਸ਼ਨ ਹੈ, ਕਾਫੀ ਹੋਸਪਿਟਲ ਨੇ, 20,000 ਤੋਂ ਸਰਜਰੀ ਵੀ ਸਟਾਰਟ ਹੋ ਜਾਏਗੀ, ਪਰ ਮੈਂ ਚਾਹਾਂਗਾ ਕਿ ਤੁਸੀਂ ਇੱਕ ਚੰਗੇ ਥਾਂ ਓਪਰੇਸ਼ਨ ਕਰਾਓ, ਕਿਉਂਕਿ ਇਹ ਸਰਜਰੀ ਕਰਾਉਣ ਦੇ ਨਾਲ ਤੁਹਾਨੂੰ ਇਹ ਹੋਏਗਾ ਕਿ ਤੁਹਾਨੂੰ ਕੋਈ ਹੋਰ ਇਨਫੈਕਸ਼ਨ ਨਹੀਂ ਹੋਏਗੀ। ਲੈਪਰੋਸਕੋਪਿਕ ਸਰਜਰੀ, ਖਾਸ ਕਰਕੇ ਮਿੰਨੀ ਲੈਪਰੋ ਜਿਹੜੀ, ਇਹਦੇ ਵਿੱਚ ਤੁਹਾਨੂੰ ਕੋਈ ਪੇਨ, ਕੋਈ ਤਕਲੀਫ, ਦਰਦ ਵਗੈਰਾ ਨਹੀਂ ਹੋਏਗੀ। ਅਗਲੇ ਦਿਨ ਤੋਂ ਤੁਸੀਂ ਆਪਣੀ ਨੋਰਮਲ ਰੂਟੀਨ ਜਾ ਸਕਦੇ ਹੋ। ਇਸ ਵਾਰੀ ਡਾਕਟਰ, ਇਸ ਕਰਕੇ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਨੂੰ ਇੱਕ ਵਾਰੀ ਜ਼ਰੂਰ ਮਿਲੋ ਸਟਾਰ ਹੋਸਪਿਟਲ ਦੇ ਵਿੱਚ। ਧੰਨਵਾਦ।